ਬਠਿੰਡਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਪੁਲਿਸ ਨੇ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕੀਤਾ। ਮਾਮਲੇ ਸੰਬੰਧੀ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਬਠਿੰਡਾ ਦੇ ਐਸਐਸਪੀ ਨਵਨੀਤ ਸਿੰਗਲਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਕਾਰਵਾਈ ਦੌਰਾਨ ਪੰਜ ਮੁਲਜ਼ਮਾਂ ਪਾਸੋਂ ਇੱਕ ਸਫਾਰੀ ਗੱਡੀ, ਦੋ ਬੱਤੀ ਬੋਰ ਪਿਸਟਲ, ਇੱਕ ਬੱਤੀ ਬੋਰ ਰਿਵਾਲਵਰ, ਇੱਕ 315 ਬੋਰ ਪਿਸਟਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਨੇ। ਪੁਲਿਸ ਮੁਤਾਬਕ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ। ਫਿਲਹਾਲ ਪੁਲਿਸ ਨੇ ਫੜੇ ਗਏ ਕਥਿਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਬੇਆਬਾਦ ਫੈਕਟਰੀ ਮਛਾਣਾ ਸੰਗਤ ਰੋਡ ਡਰੇਨ ਪੁਲ ਤੋਂ ਪੰਜ ਬੰਦੇ ਕਾਬੂ ਕੀਤੇ, ਜਿਨ੍ਹਾਂ ਦੇ ਕੋਲੋਂ ਇੱਕ ਸਫਾਰੀ ਗੱਡੀ, ਦੋ ਪਿਸਟਲ 32 ਬੋਰ, ਇੱਕ ਰਿਵਾਲਵਰ 32 ਬੋਰ ਸਮੇਤ 20 ਰੌਂਦ 32 ਬੋਰ, ਇੱਕ ਪਿਸਤੌਲ 315 ਬੋਰ ਸਮੇਤ 5 ਰੌਂਦ 315 ਬੋਰ, ਇੱਕ ਕਾਪਾ ਲੋਹੇ ਦਾ ਇਹ ਬਰਾਮਦ ਹੋਇਆ। ਵਾਰਦਾਤ ਤਾਂ ਈਜ਼ੀ ਮਨੀ ਹੈਗੀ ਹੈ, ਐਕਸਟੋਰਸ਼ਨ ਕਰਦੇ ਸੀਗੇ, ਪਹਿਲਾਂ ਵੀ ਇਹਨਾਂ ਦੇ ਖਿਲਾਫ਼ ਪਰਚੇ ਦਰਜ ਹੈ, ਪੈਸੇ ਲੈ ਕੇ ਕਤਲ ਕਰਨਾ, ਗੈਂਗ ਬਣਾ ਕੇ ਐਕਟਿਵ ਹੁੰਦੇ ਸੀ, ਨਸ਼ਾ ਕਰਦੇ ਸੀਗੇ, ਨਸ਼ੇੜੀ ਹੈਗੇ ਸਰ। ਇਹ ਇਨਵੈਸਟੀਗੇਸ਼ਨ ਕਰ ਰਹੇ ਜਨਰਲੀ, ਇਹ ਜਿਹੜਾ ਹੈ ਚਿੱਟਾ ਅਤੇ ਸਮੈਕ ਵਗੈਰਾ ਪੀਂਦੇ ਸੀ।